ਹਾਂਜੀ ਫਰੈਂਡਸ ਵੈਲਕਮ ਟੂ ਇਨਫੋਬੋਰਡ ਅਲਗੋਮੈਂਟ ਜੌਬਸ ਅੱਜ ਗੱਲ ਕਰਾਂਗੇ ਕੇਂਦਰੀ ਵਿਦਿਆਲਾ ਨੰਬਰ 4 ਬਠਿੰਡਾ ਗੈਂਟ ਵਿਖੇ ਨਿਕਲੀਆਂ ਹੋਈਆਂ ਪੋਸਟਸ ਬਾਰੇ ਇਹ ਜਿਹੜੀਆਂ ਪੋਸਟਸ ਨੇ ਜੀ ਇਹਨਾਂ ਲਈ ਵਾਗੇ ਨੇ ਇੰਟਰਵਿਊ ਹੈ ਨੇਮੋ ਪੋਸਟ ਗੱਲ ਕਰ ਲੈਣੇ ਆ ਜੀ ਜਿਹੜੀ ਇੰਟਰਵਿਊ ਦੀ ਡੇਟ ਹੈ ਜੀ ਉਹ ਹੈਗੀ ਹੈ 24/2/2021 ਸਵੇਰੇ 9 ਵਜੇ ਪੋਸਟ ਨੇਮ ਦੀ ਗੱਲ ਕਰ ਲੈਨੇ ਆ ਪ੍ਰਾਇਮਰੀ ਟੀਚਰ ਟੀਚਰ ਨਰਸ ਸਪੋਰਟਸ ਕੋਚ ਐਜੂਕੇਸ਼ਨ ਕਾਉਂਸਲਰ ਯੋਗਾ ਇਨਸਟ੍ਰਕਟਰੀ ਨੈਕਸਟ ਜਿਹੜੀ ਪੋਸਟ ਦੀ ਗੱਲ ਕਰ ਲੈਨੇ ਆ ਆਪਾਂ ਉਹਦੀ ਇੰਟਰਵਿਊ ਦੀ ਡੇਟ 25/2/2021 ਸਵੇਰੇ 9 ਵਜੇ ਜੀ ਪੀਜੀਟੀ ਪੋਸਟ ਗ੍ਰੈਜੂਏਟ ਟੀਚਰ ਦੀ ਪੋਸਟ ਹੈ ਇੰਗਲਿਸ਼ ਤੇ ਹਿੰਦੀ ਟੀਜੀਟੀ ਦੀ ਟ੍ਰੇਨ ਗ੍ਰੈਜੂਏਟ ਟੀਚਰ ਹਿੰਦੀ ਇੰਗਲਿਸ਼ ਸੰਸਕ੍ਰਿਤ पोस्ट ग्रेजुएशन टीचर कंप्यूटर साइंस कंप्यूटर इंस्ट्रक्टर एंड डेटा एंट्री ओपरेटर ठीक है जी ये जी मौका जिन्ह ने कंप्यूटर का कोई एम सी ए बी सी एम एससी पोस्ट ग्रैजुएट है जी इसलिए तुम्हें एम एस सी टी या एम सी ए की होनी चाहिए है डाटा एंट्री ओपरेटर भी इन्होंने यही कह नैक्सट जी पोस्ट है पी जी टी की जी वो जी इंटरव्यू की डेट हैगी छब्बी दो 2021 ਸਵੇਰੇ 9 ਵਜੇ ਹੈ ਜੀ ਪੋਸਟ ਗ੍ਰੈਜੂਏਟ ਟੀਚਰ ਮੈਥ ਫਿਜ਼ਿਕਸ కెమిస్ట్రీ ਇਕਨੋਮਿਕਸ ਕਮਰਸ ਹਿਸਟਰੀ ਜੀਓਲੋਜੀ ਨਹੀਂ ਜੀਓਗ੍ਰਾਫੀ ਬਾਇਓਲੋਜੀ ਠੀਕ ਹੈ ਜੀ ਟ੍ਰੇਨ ਗ੍ਰੈਜੂਏਟ ਟੀਚਰ ਹੈ ਜਿਹੜੇ ਇਹਨਾਂ ਦੀ ਜਿਹੜੀ ਪੋਸਟ ਹੈਗੀ ਉਹ ਮੈਥ ਹੈ ਸਾਇੰਸ ਹੈ ਸੋਸ਼ਲ ਸਾਇੰਸ ਹੈ ਜੀ ਨੈਕਸਟ ਆਪਾਂ ਏਸੈਂਸ਼ੀਅਲ ਕੁਆਲਿਫਿਕੇਸ਼ਨ ਐਂਡ ਰਿਮਨਰੇਸ਼ਨ ਰਿਮਨਰੇਸ਼ਨ ਦੀ ਗੱਲ ਕਰ ਲੈਂਦੇ ਆ for clarification and regarding qualification are you may visit gvs website website the address is below in description we will give you there you can visit the website which is there visit vidyala website for apply online and related information haan ji yaad rakh liyo apply zarur karde online apply inna ne keha be apply karna related information and related information ਅਪਲਾਈ ਕਰਨ ਲਈ ਵੀ ਜਿਹੜਾ ਨੀਚੇ ਡਿਸਕ੍ਰਿਪਸ਼ਨ ਚ ਆਪਾਂ ਲਿੰਕ ਦੇ ਦੇਾਂਗੇ ਨੰਬਰ 4 ਬਟਿੰਡਾ.kvs.ac.in ਇਹ ਲਿੰਕ ਦੇ ਦੇਾਂਗੇ ਉੱਥੋਂ ਤੁਸੀਂ ਅ ਅਪਲਾਈ ਕਰ ਸਕਦੇ ਹੋ ਦਾ ਡਿਜ਼ਾਇਰਡ ਕੈਂਡੀਡੇਟ ਹੈਵਿੰਗ ਰਿਕੁਇਰਿਟ ਕੁਆਲੀਫਿਕੇਸ਼ਨ ਐਂਡ ਫੁੱਲਫਿਲਿੰਗ ਐਲੀਜੀਬਿਲਟੀ ਕੰਡੀਸ਼ਨਸ ਮੇਕ ਅਟੈਂਡ ਦਾ ਇੰਟਰਵਿਊ ਜਿਹੜੇ ਕੈਂਡੀਡੇਟ ਕੁਆਲੀਫਿਕੇਸ਼ਨ ਹੈ ਜਿਹੜੀਆਂ ਉਹ ਪੂਰੀਆਂ ਕਰਦੇ ਨੇ ਐਲੀਜੀਬਿਲਟੀ ਪੂਰੀ ਕਰਦੇ ਨੇ ਉਹ ਇੰਟਰਵਿਊ ਲਈ ਪਹੁੰਚ ਸਕਦੇ ਨੇ ਮਤਲਬ ਕਿ اٹینڈ ਕਰ ਸਕਦੇ ਨੇ ਐਸ ਪਰ ਸ਼ਡਿਊਲ ਜਿਹੜਾ ਸ਼ਡਿਊਲ ਤੁਹਾਨੂੰ ਦੱਸਿਆ ਜੀ ਉਹਦੇ ਅਕੋਰਡਿੰਗ origignal documents ਨਾਲ ਲੈ ਕੇ ਆਣਾ ਅਤੇ ਇੱਕ ਸੈੱਟ ਫੋਟੋਕਾਪੀ ਦਾ ਲੈ ਕੇ ਆਣਾ ਠੀਕ ਹੈ ਜੀ ਫੋਟੋਕਾਪੀ ਨੂੰ ਸੈਲਫ ਟੈਸਟ ਜ਼ਰੂਰ ਕਰ ਲਿਓ ਤੇ ਪਾਸਪੋਰਟ ਸਾਈਜ਼ ਦੀਆਂ ਦੋ ਫੋਟੋਜ਼ ਜ਼ਰੂਰ ਨਾਲ ਰੱਖਿਓ ਜੀ ਸਬਮਿਟ ਆਨਲਾਈਨ ਅਪਲੀਕੇਸ਼ਨ ਔਨ অর ਬਿਫੋਰ ਬਾਈ 2/2021 ਮਤਲਬ ਕਿ ਕੱਲ ਤੱਕ ਤੁਸੀਂ ਹਰ ਹਾਲਤ ਦੇ ਵਿੱਚ ਜਿਹੜਾ ਆਨਲਾਈਨ ਅਪਲਾਈ ਕਰ ਦੇਣਾ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਹੀ ਤੁਸੀਂ ਜਿਹੜੀ ਇਹ ਆਪਣੀ ਇੰਟਰਵਿਊ ਹੈ ਉਹਦੇ ਲਈ ਜਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਪੋਸਟ ਆਪਾਂ ਚੈਨਲ ਤੇ ਪਾ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜਰੂਰ ਪ੍ਰੈਸ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰਕੇ ਰੱਖੋਗੇ ਤਾਂ ਨਾਲ ਦੀ ਨਾਲ ਜਦੋਂ ਕੋਈ ਵੀ ਪੋਸਟ ਪੈਂਦੀ ਹੈ ਉਹਦੀ ਜਾਣਕਾਰੀ ਤੁਹਾਡੇ ਕੋਲ ਪਹੁੰਚੇਗੀ ਜੀ ਇਸ ਤੋਂ ਬਾਅਦ ਜਿਹੜੀ ਆਪਾਂ ਵੀਡੀਓ ਪਾਉਣੀ ਹੈ ਹੁਣ ਉਹ ਵੀ ਨੈਕਸਟ ਪੋਸਟਰਸ ਰਹਿਣਗੇ ਜਿਹੜੀਆਂ ਅਗਰ ਬੈਲ ਆਈਕਨ ਪ੍ਰੈਸ ਕੀਤਾ ਹੋਊਗਾ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਹੀ ਆ ਜਾਏਗਾ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਟੈਲੀਗ੍ਰਾਮ ਚੈਨਲ ਤੇ ਵਟਸਐਪ ਗਰੁੱਪਸ ਦਾ ਫੇਸਬੁੱਕ ਪੇਜ ਦਾ ਲਿੰਕ ਦਿੱਤਾ ਹੈ ਉਥੋਂ ਜੁਆਇਨ ਕਰ ਲਓ ਜੀ ਔਨਲਾਈਨ ਅਪਲਾਈ ਕਿਵੇਂ ਕਰਨਾ ਅਗਰ ਕੋਈ ਦਿੱਕਤ ਆ ਰਹੀ ਹੈ ਤਾਂ ਆਪਾਂ ਟੈਗ ਗੁਰੂ ਨਾਂ ਦਾ ਇੱਕ ਚੈਨਲ ਬਣਾਇਆ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਬੈਲ ਆਈਕਨ ਪ੍ਰੈਸ ਕਰਕੇ ਰੱਖ ਲਓ ਠੀਕ ਹੈ ਜੀ ਕੋਈ ਵੀ ਜਿਹੜੀ ਦਿੱਕਤ ਆਉਂਦੀ ਹੈ ਕਮੈਂਟ ਕਰ ਦਿਓ ਆਪਾਂ ਤੇ ਨਾਲ ਦੀ ਨਾਲ ਜਿਹੜਾ ਆਪਾਂ ਵੀਡੀਓ ਬਣਾਦਾਂਗੇ ਉਹ ਤੇ ਪਉਂਦੇ ਰਹਿਣੇ ਵੈਸੇ ਇਹ ਜੀਆਂ ਜਿਹੜੀਆਂ ਪਟਵਾਰੀ ਦੀਆਂ ਦਿੱਕਤ ਆਈਆਂ ਸੀਗੀਆਂ ਫੀਸ ਪੇ ਨਹੀਂ ਹੋ ਰਹੀ ਸੀ ਐਪਲੀਕੇਸ਼ਨ ਨੰਬਰ ਨਹੀਂ ਪੈ ਰਿਹਾ ਸੀ ਉਹ ਆਪਾਂ ਟੈਗ ਗੁਰੂ ਚੈਨਲ ਤੇ ਪਾਈਆਂ ਨੇ ਵੀਡੀਓਜ਼ ਉਹਨਾਂ ਨੂੰ ਦੇਖ ਲਓ ਹੋਰ ਕਾਫੀ ਪੋਸਟਸ ਪਈਆਂ ਚੈਨਲ ਤੇ ਦੇਖੋ ਵਿਜ਼ਿਟ ਕਰੋ ਠੀਕ ਹੈ ਜੀ ਮਿਲਦੇ ਆਂ ਜਲਦ ਹੀ ਨੈਕਸਟ ਵੀਡੀਓ ਦੇ ਨਾਲ ਨੈਕਸਟ ਪੋਸਟ ਦੇ ਨਾਲ ਤਦ ਤੱਕ ਦੇ ਲਈ ਬੀ ਸੇਫ ਸਟੇ ਕਨੈਕਟਡ ਯੂ ਟੇਕ ਵੈਰੀ ਗੁੱਡ ਕੇਅਰ ਆਫ ਯੂਰself ਬਾਏ ਬਾਏ